प्यारे बच्चों सामाजिक शिक्षा ਦਾ 10ਵੀਂ ਕਲਾਸ ਦਾ ਜੋ ਪੈਸ ਦਾ ਟੈਸਟ ਆ ਹੈ ਉਹਨੂੰ ਹੱਲ ਕਰਕੇ ਦੇਖਾਂਗੇ ਆਪਾਂ ਸਭ ਤੋਂ ਪਹਿਲਾਂ ਜ਼ਿਲ੍ਹਾ ਦੇਖਣਾ ਹੈ ਫਿਰ ਆਈਡੀ ਭਰਨੀ ਹੈ ਪਹਿਲਾ ਪ੍ਰਸ਼ਨ ਇਹਨਾਂ ਪर्वतीय ਖੇਤਰਾਂ ਦਾ ਜਨਮ ਅੱਜ ਤੋਂ 400 ਲੱਖ ਸਾਲ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ ਉਸ ਸਮੇਂ ਇਹਨਾਂ ਪर्वतीय ਖੇਤਰਾਂ ਦੀ ਜਗ੍ਹਾ ਤੇ ਟੈਥਿਸ ਨਾਂ ਦਾ ਸਮੁੰਦਰ ਹੁੰਦਾ ਸੀ ਅਤੇ ਅੱਜ ਉਸ ਜਗ੍ਹਾ ਤੇ ਉੱਚੇ ਪਹਾਰਤ ਹਨ ਬੱਚਿਓ ਕੀ ਤੁਹਾਨੂੰ ਇਹਨਾਂ ਪਰਵਤਾਂ ਦਾ ਨਾਮ ਪਤਾ ਹੈ ਵਿੰਧਿਆਚਲ ਪਰਵਤ ਨੀਲਗਿਰੀ ਪਰਵਤ ਹਿਮਾਲਿਆ ਪਰਵਤ ਤੇ ਸਹਿਦਰੀ ਦੀਆਂ ਪਹਾੜੀਆਂ ਸਾਡਾ ਉੱਤਰ ਹੈ ਹਿਮਾਲਿਆ ਪਰਵਤ ਪੰਜਾਬ ਦੇ ਪੰਜਾਬ ਦੋ ਸ਼ਬਦਾਂ ਪੰਜ ਅਤੇ ਆਬ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਪਾਣੀ ਅਤੇ ਪੰਜ ਦਰਿਆਵਾਂ ਦੀ ਧਰਤੀ ਜਦੋਂ ਤੁਰਕ ਭਾਰਤ ਵਿੱਚ ਆਏ ਸਨ ਤਾਂ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਇਸ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਕਿਹਾ ਬੁੱਝੋ ਭਲਾ ਤੁਰਕਾਂ ਦੀ ਭਾਸ਼ਾ ਕਿਹੜੀ ਸੀ ਅਰਬੀ ਫਾਰਸੀ ਲਤੀਨੀ ਉਰਦੂ ਪਛੇ ਆਪਾਂ ਪੜਦੇ ਆ ਪੰਜ ਤਿਆਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਸ ਕਰਕੇ ਇਸ ਦਾ ਉੱਤਰ ਫਾਰਸੀ ਹੈ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਤੁਰਕਾਂ ਦੀ ਭਾਸ਼ਾ ਫਾਰਸੀ ਸੀ ਮੋਹਨ ਆਪਣੇ ਸਾਥੀ ਵਿਦਿਆਰਥੀਆਂ ਨੂੰ ਦੱਸ ਰਿਹਾ ਸੀ ਕਿ ਉਹ ਇਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਦਾ ਮੁਖੀ ਨਾ ਮਾਤਰ ਦਾ ਮੁਖੀ ਹੁੰਦਾ ਹੈ ਅਤੇ ਸ਼ਾਸਨ ਕਰਨ ਦੀ ਅਸਲ ਸ਼ਕਤੀ ਮੰਤਰੀ ਮੰਡਲ ਕੋਲ ਹੁੰਦੀ ਹੈ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਕਰਦਾ ਹੈ ਉਸ ਦੇ ਸਾਥੀ ਵਿਦਿਆਰਥੀਆਂ ਦੀ ਇਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਦਾ ਨਾਮ ਲੱਭਣ ਵਿੱਚ ਮਦਦ ਕਰੋ ਧਰਮਨੇਰ ਪਖ ਪ੍ਰਣਾਲੀ ਲੋਕ ਸੰਸਦੀ ਪ੍ਰਣਾਲੀ ਤਾਨਾਸ਼ਾਹ ਪ੍ਰਣਾਲੀ ਇਕਾਤਮਕ ਪ੍ਰਣਾਲੀ ਤਾਂ ਸਾਡਾ ਉੱਤਰ ਹੈ ਸੰਸਦੀ ਸ਼ਾਸਨ ਪ੍ਰਣਾਲੀ ਮਲਿਕਾ ਅਰਜੁਨ ਕੇਰਲ ਦਾ ਨਿਵਾਸੀ ਹੈ ਗਰਮੀ ਦੇ ਮੌਸਮ ਵਿੱਚ ਉੱਥੇ ਨਾਲ ਲੱਗਦੇ ਸਮੁੰਦਰ ਕਨਪੌਣਾ ਆ ਜਾਂਦੀਆਂ ਹਨ ਅਤੇ ਮੋਟੀਆਂ ਬੂੰਦਾਂ ਵਾਲੀ ਵਰਖਾ ਕਰਦੀਆਂ ਹਨ ਸਥਾਨਕ ਭਾਸ਼ਾ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਸਥਾਨਕ ਭਾਸ਼ਾ ਵਿੱਚ ਇਹਨੂੰ ਕਿਹਾ ਜਾਂਦਾ ਹੈ ਪੂਰਬ ਮਾਨਸੂਨੀ ਵਰਖਾ ਪੰਜਵਾਂ ਪ੍ਰਸ਼ਨ ਹੈ ਹਰਵਿੰਦਰ ਦੀ ਬਦਲੀ ਰਾਜਸਥਾਨ ਤੋਂ ਅਸਾਮ ਵਿੱਚ ਹੋ ਗਈ ਰਾਜਸਥਾਨ ਵਿੱਚ ਵਰਖਾ ਘੱਟ ਹੁੰਦੀ ਸੀ ਪਰ ਅਸਾਮ ਵਿੱਚ ਵਰਖਾ ਜ਼ਿਆਦਾ ਹੁੰਦੀ ਹੈ। ਵਰਖਾ ਜ਼ਿਆਦਾ ਹੋਣ ਕਾਰਨ ਉੱਥੇ ਮਿਲਣ ਵਾਲੀ ਬਨਸਪਤੀ ਵੀ ਰਾਜਸਥਾਨ ਦੀ ਬਨਸਪਤੀ ਤੋਂ ਵੱਖਰੀ ਸੀ। ਵਰਖਾ ਜ਼ਿਆਦਾ ਹੋਣ ਕਾਰਨ ਉੱਥੇ ਮਿਲਣ ਵਾਲੀ ਬਨਸਪਤੀ ਨੂੰ ਬਰਸਾਤੀ ਵਣ ਵੀ ਕਿਹਾ ਜਾਂਦਾ ਹੈ। ਇਸ ਬਨਸਪਤੀ ਵਿੱਚ ਮਿਲਣ ਵਾਲੇ ਦਰਖਤਾਂ ਦੀ ਉਚਾਈ 30 ਤੋਂ 60 ਮੀਟਰ ਤੱਕ ਹੁੰਦੀ ਹੈ। ਇਸ ਬਨਸਪਤੀ ਦੀ ਕਿਸਮ ਕੀ ਹੋਵੇਗੀ? ਤੋਂ ਸਾਡੇ ਆਪਸ਼ਨ A ਨੇ ਪਤ ਜੜੀ 우ਸ਼ਣ ਸਦਾ ਬਹਾਰੀ ਖੁਸ਼ਕ ਮਨਸਪਤੀ ਤ ਪਰਵਤੀ ਬਨਸਪਤੀ ਤਾਂ ਬਨਸਪਤੀ ਕਿਹੜੀ ਹੋਊਗੀ 우ਸ਼ਣ ਸਦਾ ਬਹਾਰੀ ਬਨਸਪਤੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਅਧਿਆਤਮਿਕ ਮਹਾਨਤਾ ਨੂੰ ਮੁੱਖ ਰੱਖਦਿਆਂ ਦਰਸ਼ਨਾ ਵਾਸਤੇ ਚਿਤੌੜਗੜ੍ਹ ਦੀ ਜਿੱਤ ਤੋਂ ਬਾਅਦ ਉਹ ਗੋਵਿੰਦਵਾਲ ਪੂਜਾ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਗੁਰੂ ਜੀ ਦੇ ਕਹਿਣ ਤੇ ਯਾਤਰੀਆਂ ਨਾਲ ਯਾਤਰਾ ਯਾਤਰੀਆਂ ਦਾ ਯਾਤਰਾਕਰ ਮਾਫ ਕਰ ਦਿੱਤਾ ਸੀ ਬੱਚਿਓ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਅਤੇ ਯਾਤਰਾਕਰ ਮਾਫ ਕਰਨ ਵਾਲੇ ਬਾਦਸ਼ਾਹ ਦਾ ਨਾਮ ਦੱਸੋ ਬਾਬਰ ਅਕਬਰ ਜਹਾਂਗੀਰ ਔਰੰਗਜ਼ੇਬ ਇਹ ਆਪਸ਼ਨ ਨੇ ਤੇ ਸਾਡਾ ਉੱਤਰ ਹੈ ਅਕਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿਖੇ ਕਦੋਂ ਹੋਇਆ ਸੀ 22 ਦਸੰਬਰ 1666 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿਖੇ ਹੋਇਆ ਸੀ ਨੈਕਸਟ ਪ੍ਰਸ਼ਨ ਹੈ 8 ਪੂਰਬ ਖਾਲਸਾ ਕਾਲ ਦੀ ਇਹ ਸਭ ਤੋਂ ਮਹੱਤਵਪੂਰਨ ਲੜਾਈ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਗੁਰੂ ਗੋਬਿੰਦ ਗੁਰੂ ਗੋਵਿੰਦਰਾਏ ਜੀ ਲੜਨਾ ਨਹੀਂ ਚਾਹੁੰਦੇ ਸਨ ਪੌਂਟਸ ਸਾਹਿਬ ਵਿਖੇ ਰਹਿਣ ਲੱਗ ਪਏ ਪਰ ਪਹਾੜੀ ਰਾਜਾ ਭੀਮਚੰਦ ਨੇ ਉਹਨਾਂ ਨੂੰ ਲੜਨ ਲਈ ਮਜਬੂਰ ਕੀਤਾ 1688 ਈਸਵੀ ਵਿੱਚ ਇਸ ਲੜਾਈ ਵਿੱਚ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਹਰਾਇਆ ਦਿੱਤੇ ਨਕਸ਼ੇ ਵਿੱਚ ਗੋਲ ਚੱਕਰ ਵਿੱਚ ਉਹ ਸਥਾਨ ਦਿਖਾਇਆ ਗਿਆ ਹੈ ਕੀ ਤੁਸੀਂ ਨਕਸ਼ਾ ਦੇਖ ਕੇ ਹੇਠਾਂ ਦਿੱਤੇ ਸਥਾਨਾਂ ਦਾ ਨਾਮ ਦੇਖ ਕੇ ਲੱਭ ਸਕਦੇ ਹੋ ਕਿ ਗੁਰੂ ਜੀ ਦੀ ਇਹ ਮਹਤਵਪੂਰਨ ਜਿੱਤ ਕਿਸ ਸਥਾਨ ਤੇ ਹੋਈ ਸੀ ਤਾਂ ਇਹ ਨਕਸ਼ਾ ਆ ਤਾਂ ਜੋ ਸਥਾਨ ਦਿਖਾਇਆ ਗਿਆ ਉਹ ਪੰਗਾਣੀ ਹੈ ਤੇ ਇੱਥੇ ਪੰਗਾਣੀ ਦੀ ਲੜਾਈ ਹੋਈ ਸੀ ਨਵਾਂ ਪ੍ਰਸ਼ਨ ਹੈ 31 ਤੂਬ 2019 ਨੂੰ ਇੱਕ ਭਾਰਤੀ ਰਾਜ ਤੋਂ ਰਾਜ ਦਾ ਦਰਜਾ ਵਾਪਸ ਲੈ ਕੇ ਉੱਥੇ ਰਾਜ ਸਰਕਾਰ ਖਤਮ ਕਰ ਦਿੱਤੀ ਗਈ ਉਸ ਖੇਤ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਇਸ ਨਾਲ ਭਾਰਤ ਦੇ ਰਾਜ 29 ਤੋਂ ਘਟ ਕੇ 28 ਰਹਿ ਗਏ ਦਿੱਤੇ ਨਕਸ਼ੇ ਵਿੱਚ ਰੰਗ ਕੀਤੇ ਖੇਤਰ ਦੇਖ ਕੇ ਦੱਸੋ ਕਿ ਇਹ ਨਵੇਂ ਬਣੇ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ ਹਨ ਨਕਸ਼ੇ ਦੇ ਵਿੱਚ ਆ ਦੋ ਦਿੱਤੇ ਹੋਏ ਸਾਨੂੰ ਪਤਾ ਹੈ ਜੰਮੂ ਤੇ ਕਸ਼ਮੀਰ ਸੀਗੇ ਰਾਸ ਸੀ ਪਹਿਲਾਂ ਇਹਨੂੰ ਬਾਅਦ ਚ ਵੰਡ ਦਿੱਤਾ ਗਿਆ ਇੱਕ ਜੰਮੂ ਕਸ਼ਮੀਰ ਬਣਾ ਦਿੱਤਾ ਗਿਆ ਇੱਕ ਲਦਾਖ ਇਹ ਭਾਰਤ ਦਾ ਕੇਂਦਰੀ ਬੈਂਕ ਹੈ ਇਸ ਦੀ ਸਥਾਪਨਾ 1935 ਵਿੱਚ ਕੀਤੀ ਗਈ ਇਹ ਦੱਸਦੇ ਹੋਏ ਅਧਿਆਪਕ ਨੇ ਦੱਸਿਆ ਕਿ ਇਸ ਦਾ ਨਾਮ ਭਾਰਤੀ ਜਰਬ ਬੈਂਕ ਹੈ ਬੱਚਿਓ ਦੱਸਿਓ ਇਹ ਬੈਂਕ ਕੀ ਕੰਮ ਕਰਦਾ ਹੈ ਨੋਟ ਜਾਰੀ ਕਰਨਾ ਬੈਂਕਿੰਗ ਪ੍ਰਣਾਲੀ ਨੂੰ ਨਿਯਮਿਤ ਕਰਨਾ ਸਾਖ ਦਾ ਨਿਯੰਤਰਣ ਕਰਨਾ ਇਹ ਸਾਰੇ ਕੰਮ ਇਹ ਬੈਂਕ ਕਰਦਾ ਹੈ ਇਸ ਕਰਕੇ ਉਪਰੋਕਤ ਸਾਰੇ ਆਨਸਰ ਹੀ ਆਉਣਗੇ 11ਵਾਂ ਪ੍ਰਸ਼ਨ ਹੈ ਉਲਮਾ ਬਾਰੇ ਕੀ ਜਾਣਦੇ ਹੋ ਉਲਮਾ ਕੌਣ ਸੀ ਧਾਰਮਿਕ ਨੇਤਾ ਸੀ ਮੁਸਲਮਾਨ ਧਾਰਮਿਕ ਨੇਤਾ ਸਨ ਨਿਵੇਸ਼ ਕਿਸ ਨੂੰ ਕਹਿੰਦੇ ਹਨ ਲੋਕਾਂ ਦੀ ਸੰਤੁਸ਼ਟੀ ਨੂੰ ਵਿਅਕਤੀ ਦੀ ਔਸਤ ਆਮਦਨ ਨੂੰ ਪੂੰਜੀ ਵਿੱਚ ਹੋਣ ਵਾਲੇ ਵਾਅਦੇ ਨੂੰ ਵਧੇਰੇ ਉਤਪਾਦਨ ਕਰਨ ਨੂੰ ਤਾਂ ਪੂੰਜੀ ਵਿੱਚ ਹੋਣ ਵਾਲੇ ਵਾਅਦੇ ਨੂੰ ਨਿਵੇਸ਼ ਕਿਹਾ ਜਾਂਦਾ ਹੈ 13 ਕਾਲ ਵਿਸਾਖੀ ਕਿਸ ਨੂੰ ਕਹਿੰਦੇ ਹਨ ਪੱਛਮੀ ਬੰਗਾਲ ਵਿੱਚ ਤੂਫਾਨੀ ਚੱਕਰਵਾਤ ਜਿਹੜੇ ਆਉਂਦੇ ਉਹਨਾਂ ਨੂੰ ਕਾਲ ਵਿਸਾਖੀ ਕਿਹਾ ਜਾਂਦਾ ਹੈ ਜਵਾਰੀ ਬਨਸਪਤੀ ਦਾ ਦੂਸਰਾ ਨਾਮ ਕੀ ਹੈ ਮੈਂਗਰੋ ਬਨਸਪਤੀ ਚਾਹ ਵਾਲੀਆਂ ਮਿੱਟੀਆਂ ਦੇਸ਼ ਦੇ ਕਿਹੜੇ ਭਾਗ ਵਿੱਚ ਹੁੰਦੀਆਂ ਹਨ ਸਾਨੂੰ ਪਤਾ ਵੀ ਚਾਹ ਜਪੱਤੀ ਜਿਹੜੀ ਉਹ ਪਹਾੜੀ ਖੇਤਰ ਚ ਮਿਲਦੀ ਜਿਵੇਂ ਹਿਮਾਚਲ ਪ੍ਰਦੇਸ਼ ਚ ਮਿਲਦੀ ਆ ਆਸਾਮ ਚ ਮਿਲਦੀ ਆ ਜਿੱਥੇ ਪਹਾੜ ਨੇ ਉੱਥੇ ਝਾੜੀ ਵਰਗਾ ਬੂਟਾ ਹੁੰਦਾ ਉਹਦੇ ਪੱਤੀਆਂ ਨੂੰ ਤੋੜ ਕੇ ਚਾਹ ਬਣਾਈ ਜਾਂਦੀ ਆ ਤਾਂ ਪਰਵਤੀ ਮਿੱਟੀ ਵਾਲੇ ਭਾਗਾਂ ਵਿੱਚ ਇਹ ਮਿਲਦੀ ਆ ਜਫਰਨਾਮਾ ਨਾਮਕ ਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ ਜਹਾਂਗੀਰ ਔਰੰਗਜ਼ੇਬ ਅਕਬਰ ਰਾਜਾ ਭੀਮਚੰਦ ਤਾਂ ਇਹ ਲਿਖਿਆ ਸੀ ਉਹਨਾਂ ਨੇ ਔਰੰਗਜ਼ੇਬ ਨੂੰ ਹਰਮੰਦਰ ਸਾਹਿਬ ਦਾ ਨੀ ਪੱਥਰ ਕਦੋਂ ਅਤੇ ਕਿਸ ਨੇ ਰੱਖਿਆ 1588 ਈਸਵੀ ਵਿੱਚ ਸੂਫੀ ਫਕੀਰ ਮੀਆਂ ਮੀਰ ਜੀ ਨੇ ਰੱਖਿਆ ਸੀ ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ 30 ਸਾਲ ਲੋਕ ਸਭਾ ਦੇ ਵਾਸਤੇ 25 ਸਾਲ ਹੁੰਦੀ ਹੈ ਰਾਜ ਸਭਾ ਵਾਸਤੇ 30 ਸਾਲ ਹੁੰਦੀ ਹੈ ਰਾਜ ਸਭਾ ਰਾਜ ਦੇ ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਸਿੱਧੇ ਲੋਕਾਂ ਦੁਆਰਾ ਵੋਟਾਂ ਪਾ ਕੇ ਰਾਸ਼ਟਰਪਤੀ ਮੰਤਰੀ ਪਰਿਸ਼ਦ ਤੇ ਕੌਣ ਕਰਦਾ ਹੈ ਰਾਸ਼ਟਰਪਤੀ ਕਰਦਾ ਹੈ ਲਾਸਟ ਪ੍ਰਸ਼ਨ ਹੈ ਉਪਭੋਗਤਾ ਸੁਰੱਖਣ ਤੋਂ ਕੀ ਭਾਵ ਹੈ ਉਪਭੋਗਤਾ ਕੌਣ ਹੈ ਅਸੀਂ ਸਾਰੇ ਉਪਭੋਗਤਾ ਜਿਹੜੇ ਅਸੀਂ ਕਿਸੇ ਜਗ੍ਹਾ ਤੋਂ ਕੋਈ ਨਾ ਕੋਈ ਸਮਾਨ ਖਰੀਦਦੇ ਹਾਂ ਸੁਰੱਖਣ ਮਤਲਬ ਬਚਾ ਉਪਭੋਗਤਾ ਜਦੋਂ ਆਪਾਂ ਸਮਾਨ ਖਰੀਦਣ ਜਾਣੇ ਤੇ ਸਾਡੇ ਨਾਲ ਲੁੱਟਖਸਟ ਨਾ ਹੋਵੇ ਇਸ ਲਈ ਜਿਹੜੇ ਕਾਨੂੰਨ ਬਣੇ ਆ ਤਾਂ ਉਹਦੇ ਉਤੋਂ ਕੀ ਭਾਵ ਹੈ ਅਨੁਚਿਤ ਵਪਾਰ ਤੇ ਹੋਣ ਵਾਲੇ ਸ਼ੋਸ਼ਣ ਤੋਂ ਸੁਰੱਖਿਆ ਕਰਨਾ ਇਹ ਉਪਭੋਗਤਾ ਸੁਰੱਖਣ ਤੋਂ ਭਾਵ ਹੈ ਸੋ ਇਸ ਤਰ੍ਹਾਂ 20 ਪ੍ਰਸ਼ਨਾਂ ਤੋਂ ਬਾਅਦ ਤੁਸੀਂ ਆਪਣਾ ਟੈਸਟ ਸਬਮਿਟ ਕਰ ਦਿੱਤਾ ਹੋਣਾ ਆ ਆਸ ਹੈ ਕਿ ਤੁਹਾਡੇ ਵਧੀਆ ਨੰਬਰ ਆਉਣਗੇ ਧੰਨਵਾਦ